ਇੱਕ ਪਾਸੇ ਹੱਤਿਆ ਦੂਜੇ ਪਾਸੇ ਮਾਈਨਿੰਗ ਤੀਜੇ ਪਾਸੇ ਲਾਅ ਐਂਡ ਆਰਡਰ ਇਹ ਤਿੰਨ ਚੀਜ਼ਾਂ ਦੇ ਸਵਾਲ ਹੁਣ ਖੜੇ ਹੋ ਰਹੇ ਨੇ ਇੱਥੇ ਕੁਛੀ ਦਿਨ ਪਹਿਲਾਂ ਪੁਲਿਸ ਮੁਲਾਜ਼ਮ ਵੀ ਪਹੁੰਚੇ ਸੀਗੇ ਮਾਈਨਿੰਗ ਡਿਪਾਰਟਮੈਂਟ ਵੀ ਪਹੁੰਚਿਆ ਸੀਗਾ ਪਰਸੋਂ ਦੀ ਘਟਨਾ ਹੈ ਰਾਤ ਦੀ ਆਖਿਰਕਾਰ ਹੋਇਆ ਕੀ ਸੀ ਇੱਥੇ ਨਾ ਯਾਨੀ ਜੀਸੀਬੀ ਤੇ 3-4 ਟਰੈਕਟਰ ਵਾਲੇ ਸੀਗੇ ਤੇ ਉਹ ਜਿਹੜਾ ਜੀਸੀਬੀ ਵਾਲਾ ਪਿੰਡ ਦਾ ਹੀ ਮੁੰਡਾ ਤੇ ਉਹ ਐਥੋ ਮਾਈਨਿੰਗ ਆਪਣਾ ਜਦੋਂ 11 11:30 ਵਜੇ ਲਗਭਗ 10 ਤੇ ਜਿਹੜੇ ਆਪਣੇ ਗੁਰਚਰਨ ਸਿੰਘ ਸੀਗੇ ਕਿਸਾਨ ਆ ਗੋ ਉਹਨਾਂ ਨੂੰ ਯਾਨੀ ਵਿੜਕ ਹੋਈ ਆ ਯਾਨੀ ਆਪਣਾ ਕਹਿ ਸਕਦੇ ਹਾਂ ਆਵਾਜ਼ ਆਈ ਟਰੈਲੀਆਂ ਖੜਕਣ ਦੀ ਆ ਮਸ਼ੀਨ ਚੱਲਣ ਦੀ ਤੇ ਉਰੇ ਇੱਕ ਆਪਣੇ ਮਹਿੰਦਰ ਸਿੰਘ ਜੀ ਆ ਨਾਲ ਤੇ ਇਹਨਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਹੋ ਉਹਨਾਂ ਨੇ ਦੇਖਿਆ ਵੀ ਉੱਥੇ ਇੱਥੇ ਮਸ਼ੀਨ ਤੇ ਦੋ ਟਰੈਲੀਆਂ ਇੱਕ ਟਰੈਲੀ ਉਹ ਤਾਂ ਕੋਈ ਇੱਧਰੋਂ ਭੱਜ ਗਿਆ ਕੋਈ ਇੱਧਰ ਨੂੰ ਤੇ ਇੱਕ ਟਰੈਲੀ ਉਹਨਾਂ ਨੇ ਅੱਗੇ ਜਾ ਕੇ ਰੋਕ ਲਈ ਟਰੈਲੀ ਲੋਡ ਸੀਗੀ ਮਿੱਟੀ ਦੀ ਤੇ ਉਹਨਾਂ ਰੋਕਿਆ ਉੱਥੇ ਇੱਕਲਾ ਡਰਾਈਵਰ ਸੀਗਾ ਤੇ ਨਾਲ ਆਪਣੇ ਮਹੀਨਦਰ ਆ ਨਾਲ ਸੀਗੇ ਤੇ ਇਹਨਾਂ ਨੇ ਆਪਣਾ ਜਦੋਂ ਉਹਨਾਂ ਰੋਕਿਆ ਵੀ ਹਾਂ ਵੀ ਮਿੱਟੀ ਕਿੱਥੋਂ ਲੈ ਕੇ ਆ ਤੂੰ ਵੀ ਕਿੱਥੇ ਆ ਉਹ ਕਹਿੰਦਾ ਵੀ ਜਦੋਂ ਉਹਨਾਂ ਰੋਕ ਲਿਆ ਉਹ ਕਹਿੰਦਾ ਵੀ ਮੈਂ ਇੱਥੇ ਲੈ ਕੇ ਆਇਆ ਫਲਾਣੇ ਬੰਦੇ ਦੀ ਹਰਵਿੰਦਰ ਸਿੰਘ ਗਾਗੂ ਉਰਫ ਗਾਗੂ ਆ ਸਾਨੂੰproptoਲ ਸਿੰਘ ਉਹ ਕਹਿੰਦਾ ਉਹਦੀ ਮਸ਼ੀਨ ਤੇ ਉਥੋਂ ਮਿੱਟੀ ਕਹਿੰਦਾ ਕਿੱਥੇ ਲੈ ਕੇ ਜਾਣੇ ਜਿਹੜਾ ਪੱਤੇ ਦੇ ਲੈ ਕੇ ਜਾ ਰਹੇ ਆ ਤੇ ਫਿਰ ਉਹਨਾਂ ਨੇ ਬਹੁਤ ਬਹਿਸ ਬਹੁਤ ਕਾਫੀ ਬਹਿਸ ਹੋਈ ਵੀ ਹਾਂ ਤੂੰ ਚਲੋ ਉਹਨੇ ਟਰੈਕਟਰ ਵਾਲੇ ਨੇ ਪੰਜ ਚਾਰ ਬੁੰਡੇ ਹੋਰ ਬੁਲਾਏ ਬਾਈਕ ਤੇ ਆ ਗਏ ਹੋ ਭਪਿੰਦਰ ਸਿੰਘ ਹੈ ਉਹ ਟਰੈਕਟਰ ਦਾ ਜਿਹੜਾ ਮਤਲਬ ਬੰਦ ਕਰਨ ਵਾਲੀ ਚੋਕ ਹੁੰਦੀ ਹੈ ਉਹਨੂੰ ਖਿੱਚਦਾ ਹੈ ਖਿੱਚਦਾ ਹੈ ਉਹ ਜਿਹੜਾ ਮੁੰਡਾ ਪੁਲਿਸ ਵਾਲਾ ਜਿਹੜਾ ਆਪਣਾ ਜੰਡਰਲੀ ਦਾ ਉਹਦਾ ਮੁੰਡਾ ਹੈ ਉਹ ਭਪਿੰਦਰ ਸਿੰਘ ਨੂੰ ਧੱਕਾ ਮਾਰਦਾ ਕਹਿੰਦਾ ਪਾਸੇ ਹਟ ਜਾ ਕਹਿੰਦਾ ਕਹਿੰਦਾ ਵੀ ਨੱਪ ਦੇ ਕਹਿੰਦਾ ਉਹਨਾਂ ਨੇ ਰੇਸ ਤੇ ਮਾਰਿਆ ਹੱਥ ਉਹ ਜਦੋਂ ਟਰੈਕਟਰ ਦੀ ਚੋਕ ਖਿੱਚੀਆ ਚੋਕ ਵੀ ਉ ਕਿ ਟ੍ਰੈਕਟਰ ਕਿੱਥੇ ਬੰਦਾ ਕਿੱਥੇ ਟ੍ਰੈਕਟਰ ਬਣਾ ਛਾੜ ਕੇ ਉਹਦੇ ਉੱਪਰ ਨੂੰ ਆਪਣਾ ਉਹ ਭੱਜ ਗਿਆ ਪਿੰਡ ਵਾਲੇ ਇਹ ਕਹਿ ਰਹੇ ਨੇ ਕਿ ਪਿਛਲੇ ਲੰਬੇ ਸਮੇਂ ਤੋਂ ਐਡੀਆਂ ਖੱਡਾਂ ਹੋ ਗਈਆਂ ਮਾਈਨਿੰਗ ਹੋ ਰਹੀ ਸੀ ਸਰਕਾਰ ਬਦਲ ਗਈ ਸਾਰਾ ਕੁਝ ਬਦਲ ਗਿਆ ਪਰ ਜੋ ਮਾਫੀਆ ਸੀਗਾ ਉਹ ਨਹੀਂ ਬਦਲਿਆ ਉਸੇ ਤਰੀਕੇ ਨਾਲ ਕੰਮ ਕਰਦਾ ਹੈ ਪਰ ਨਾਲ ਦੇ ਨਾਲ ਹੁਣ ਇਨਸਾਫ ਦੀ ਮੰਗ ਆਹੀ ਕਰ ਰਹੇ ਨੇ ਕਿ ਇੱਕ ਪਾਸੇ ਤਾਂ ਇਨਸਾਫ ਮਿਲਣਾ ਚਾਹੀਦਾ ਹੈ ਜਿਸ ਤਰੀਕੇ ਨਾਲ ਇੱਕ ਕਿਸਾਨ ਆਗੂ ਦਾ ਕਤਲ ਹੋਇਆ ਤੇ ਦੂਜੇ ਪਾਸੇ ਇਹ ਜਿਹੜੀ ਮਾਈਨਿੰਗ ਹੈ ਇਹ ਜ਼ਰੂਰ ਬੰਦ ਹੋਣੀ ਚਾਹੀਦੀ ਹੈ कैमरा पर्सन सुनील कुमार वर्मा डेली पोस्ट डेरा डेराबसी डेली पोस्ट पंजाब हरियाणा हिमाचल जर्नलिज्म ऑफ होप